ਅਸਲਾਮ ਵਾਲੇਕਮ ਜੀ, ਤੁਸੀਂ ਤੁਹਾਡਾ ਦੇਸ਼ ਪੰਜਾਬ ਟੀਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਰਮਦਾਨ। ਸਭ ਤੋਂ ਪਹਿਲੇ ਆਪਣੇ ਚੈਨਲ ਕਰੋ ਸਬਸਕ੍ਰਾਈਬ ਅਤੇ ਨਾਲ ਹੀ ਘੰਟੀ ਦੇ ਬਟਨ ਦਬਾਓ। ਕਹਿੰਦਾ ਆਉਣ ਵੀਡੀਓ ਬਾਸ ਆਣੀ ਮੇਰੇ ਦੋਸਤਾਂ ਅਤੇ ਵੀਰਾਂ ਤੀਕਰ ਪਹੁੰਚੋ। ਤੁਸੀਂ ਦੇਖੋ ਸਭ ਤੋਂ ਪਹਿਲੇ ਮਾਸ਼ਾਅੱਲਾ ਅੱਜ ਦੋ ਵੈੜਾਂ ਦੀ ਵੀਡੀਓ ਲੈ ਕੇ ਹਾਜ਼ਰ ਹੋਇਆ ਦੋਸਤਾਂ ਵੀਰਾਂ ਵਾਸਤੇ। ਮਾਸ਼ਾਅੱਲਾ ਤੁਸੀਂ ਤਸੱਲੀ ਕਰ ਲੈਣੀ, ਲੈਣੇ ਦੇ ਨਸੀਬ ਹੁੰਦੇ ਤੁਹਾਡਾ ਵੀਰ ਤੁਹਾਡੇ ਵਾਸਤੇ ਅੱਛਾ ਅਤੇ ਖੂਬਸੂਰਤ ਮਾਸ਼ਾਅੱਲਾ ਜਾਨਵਰ ਲੱਭ ਕੇ ਲਿਆਉਂਦਾ, ਜਿੱਥੇ ਵੀ ਜਾਣਾ ਪਵੇ ਸਫ਼ਰ ਕਰਨਾ ਪਵੇ ਔਰ ਅੱਛਾ ਅਤੇ ਖੂਬਸੂਰਤ ਜਾਨਵਰ ਲੱਭ ਕੇ ਲਿਆਉਂਦਾ। ਮਾਸ਼ਾਅੱਲਾ ਬੜੀ ਸੋਹਣੀ ਵੈੜ ਹੈ ਔਰ ਹਰ ਚੀਜ਼ ਦੀ ਤੁਸੀਂ ਕਰਨੀ ਤਸੱਲੀ, ਲੈਣੇ ਦੇਣੇ ਮੁਕੱਦਰ। ਮਾਸ਼ਾਅੱਲਾ ਹਰ ਚੀਜ਼ ਮਾਲਕ ਨਾਲ ਰੇਟ ਸ਼ੇਟ ਵੀ ਪੁੱਛਾਂਗੇ, ਉਹ ਹਰ ਚੀਜ਼ ਦੀ ਤੁਸੀਂ ਕਰਨੀ ਤਸੱਲੀ। ਭਾਈਜਾਨ ਨੂੰ ਛੱਡ ਕੇ ਥੋੜ੍ਹਾ ਟੋਰਿਆ ਜਾਂ ਚਾਲ ਢਾਲ ਦਿਖਾਓ, ਹਰ ਚੀਜ਼ ਦੀ ਕਰਨੀ ਤਸੱਲੀ। ਬੜੀ ਖੂਬਸੂਰਤ ਲਾਜਵਾਬ ਹੈ, ਨਸਲਦਾਰ ਤੁਹਾਡੇ ਸਾਹਮਣੇ, ਕੱਦ ਕਾਠ ਤੁਹਾਡੇ ਸਾਹਮਣੇ, ਮੇਰੇ ਦੋਸਤਾਂ ਵੀਰਾਂ ਦੇ ਛੋਟਾ ਛੋਟਾ ਸਿੰਗ ਰੱਖਿਆ ਹੋਇਆ ਔਰ ਮਾਸ਼ਾਅੱਲਾ ਬੜੀ ਪਿਆਰੀ ਵੈੜ ਹੈ ਔਰ ਰੰਗ ਬਾਦ ਹੈ। ਮਾਸ਼ਾਅੱਲਾ ਹਰ ਗੱਲੋਂ ਮਾਸ਼ਾਅੱਲਾ ਪੂਰੀ ਅਤੇ ਸੋਹਣੀ ਅਤੇ ਲਾਜਵਾਬ ਹੈ। ਇਹ ਚਾਲ ਢਾਲ ਦੇਖ ਲਓ ਮੇਰੇ ਦੋਸਤੋ ਵੀਰੋ, ਇਹ ਤੁਹਾਡੇ ਸਾਹਮਣੇ ਹਰ ਚੀਜ਼ ਮਾਸ਼ਾਅੱਲਾ ਖੂਨ ਪਿੱਤ ਗਾਂ ਦੇ ਉੱਤੇ ਪੂਰਾ ਮਾਸ਼ਾਅੱਲਾ ਵੈੜ ਦਿੱਤੇ। ਮਾਸ਼ਾਅੱਲਾ ਕੱਦ ਕਾਠ ਪੂਰਾ ਔਰ ਹਰ ਚੀਜ਼ ਦੀ ਮੇਰੇ ਦੋਸਤਾਂ ਵੀਰਾਂ ਨੇ ਤਸੱਲੀ ਕਰ ਲੈਣੀ ਹੈ। ਲੈ ਆਓ ਚਾਚਾ ਜੀ ਬੰਨੋ ਇਹਨੂੰ। ਇਹ ਦੇਖ ਲਓ ਜੀ, ਜੱਟ ਜ਼ਿਮੀਦਾਰ ਬੰਦਾ, ਕੋਈ ਵਪਾਰੀ ਨਹੀਂ। ਮਾਸ਼ਾਅੱਲਾ ਜੀ ਹਰ ਚੀਜ਼ ਦੀ ਤੁਸੀਂ ਕਰਨੀ ਤਸੱਲੀ ਔਰ ਹਰ ਚੀਜ਼ ਤੁਹਾਨੂੰ ਕੈਮਰਾਮੈਨ ਅਕਾਬ ਦੀਆਂ ਨਜ਼ਰਾਂ ਨਾਲ ਦਿਖਾ ਰਹੇ ਨੇ। ਹਰ ਚੀਜ਼ ਦੀ ਕਰ ਲੈਣੀ ਤਸੱਲੀ, ਲੈਣੇ ਦੇਣੇ ਨਸੀਬ 'ਤੇ ਅੱਛਾ ਅਤੇ ਖੂਬਸੂਰਤ ਜਾਨਵਰ ਹੈ। ਹਰ ਚੀਜ਼ ਤੁਸੀਂ ਦੇਖ ਲੈਣੀ। ਪਹਿਲਾਂ ਵੈੜ, ਪਹਿਲਾਂ ਸੁਆ ਸੂਈ ਭਾਈ ਜੀ, ਪਹਿਲਾਂ ਸੁਆ ਸੂਈ ਔਰ ਦੋਂਦੀ ਹੈ ਮੂੰਹ ਔਰ ਹਰ ਚੀਜ਼ ਦੀ ਤੁਸੀਂ ਤਸੱਲੀ ਕਰਨੀ। ਇਹ ਦੂਸਰੇ ਨੰਬਰ ਵਾਲੀ ਆ ਗਈ ਵੈੜ ਆਪਣੀ, ਇਹ ਦੂਜਾ ਨੇ ਔਰ ਸਿਰੋਂ ਕੋਨੀ ਹੈ, ਲਾਲ ਗੋਰਾ ਰੰਗ ਹੈ, ਸਾਹੀਵਾਲ ਦੇ ਵਿੱਚ ਆਪਣਾ ਹੀ ਨਸਲ ਕ੍ਰਾਸ ਹੈ ਔਰ ਮਾਸ਼ਾਅੱਲਾ ਥਣ ਚੱਡਾ ਇਹਦਾ ਵੀ ਮੱਝਾਂ ਵਾਲਾ ਔਰ ਮਾਸ਼ਾਅੱਲਾ ਮੁੱਠ ਮੁੱਠ ਦਾ ਥਣ ਹੈ, ਸੋਹਣਾ ਥਣ ਚੱਡਾ। ਹਰ ਚੀਜ਼ ਮੇਰੇ ਦੋਸਤਾਂ ਵੀਰਾਂ ਦੇ ਸਾਹਮਣੇ। ਮਾਸ਼ਾਅੱਲਾ ਰੇਟ ਹੋਣਗੇ ਮਕੂਲ ਜੇ, ਕੋਈ ਜ਼ਿਆਦਾ ਰੇਟ ਨਹੀਂ ਹੋਣਗੇ ਔਰ ਮਾਸ਼ਾਅੱਲਾ ਇਹ ਵੀ ਵੈੜ ਰੰਗ ਬਾਦ ਹੈ ਔਰ ਮਾਸ਼ਾਅੱਲਾ ਖੂਬਸੂਰਤ ਅਤੇ ਲਾਜਵਾਬ ਹੈ। ਹਰ ਚੀਜ਼ ਦੀ ਕਰਨੀ ਤਸੱਲੀ, ਸਿਰੋਂ ਕੋਨੀ ਅਤੇ ਲਾਜਵਾਬ ਅਤੇ ਖੂਬਸੂਰਤ ਹੈ। ਦੁੱਧ ਪੁੱਛਾਂਗੇ, ਇਹਦਾ ਰੇਟ ਸ਼ੇਟ ਪੁੱਛਾਂਗੇ। ਸਾਹਮਣੇ ਕੇ ਭਾਈ ਜਾਨ, ਕੀ ਹਾਲ ਚਾਲ ਨੇ ਪਾਏ ਨੇ? ਠੀਕ ਠਾਕ। ਕੀ ਨਾਮ ਪਾਏ ਨਾ ਆਪਣਾ? ਭਾਈ ਅਬਦੁਲ ਅਜ਼ੀਜ਼ ਹੈ, ਜਿਹੜੀ ਵੈੜ ਹੈ ਆਪਣੇ ਘਰ ਦੀ ਵੈੜ ਹੈ ਅਤੇ ਭਾਈ ਅਬਦੁਲ ਅਜ਼ੀਜ਼ ਨੇ ਕਿੰਨਵਾਂ ਸੂਆ ਸੂਇਆ? ਦੂਸਰਾ ਸੂਏ 'ਚ ਅਤੇ ਇਸ ਟਾਈਮ ਇਹਨੂੰ ਸੂਈ ਨੂੰ ਕਿੰਨੇ ਦਿਨ ਹੋਏ ਨੇ? ਇਹਦੇ ਮਗਰ ਕੀ ਹੈ? ਵੱਛੀ ਵੱਛਾ ਇਹਦਾ, ਇਹਦੇ ਮਗਰ ਵੱਛਾ, ਦੂਸਰੀ ਮਗਰ ਵੱਛੀ ਹੈ ਅਤੇ ਇਹ ਦੁੱਧ ਇਸ ਟਾਈਮ ਪੱਕਾ ਥੱਲੇ ਕਿੰਨਾ ਆਪਾਂ ਚਵਾ ਸਕਦੇ? 12 ਕਿਲੋ। ਅਤੇ ਮੁਹੱਬਤ ਪਿਆਰ ਵਾਲੀ ਕੀਮਤ ਇਹਦੀ ਕੀ ਹੈ? 1.65 ਜੀ। ਅੱਛਾ, 1.65। ਇਹਦੇ 'ਚ ਕੋਈ ਕਮੀ ਪੇਸ਼ੀ, ਪਿਆਰ ਮੁਹੱਬਤ ਹੋ ਜਾਏਗਾ? ਨਹੀਂ ਨਹੀਂ, ਵੇਚਣ ਵਾਸਤੇ ਤੁਸੀਂ ਕਰ ਰਹੇ, ਮੁੜ ਵੀ ਪਿਆਰ ਮੁਹੱਬਤ ਹੋਣੀ ਚਾਹੀਦੀ ਇਹਨਾਂ ਭਾਈ ਜਾਨ। ਠੀਕ, ਇਹ ਇਹਦੇ ਮਗਰ ਆਪਣਾ ਵੱਛਾ ਜੀ, ਇਹ 12 ਲੀਟਰ ਇਹਦੇ ਥੱਲੇ ਦੁੱਧ ਹੈ। ਤੁਸੀਂ ਤਸੱਲੀ ਕਰ ਲੈਣੀ ਹੈ, ਇਹ ਹਰ ਚੀਜ਼ ਆਪਣੇ ਦੋਸਤਾਂ ਵੀਰਾਂ ਦੇ ਸਾਹਮਣੇ ਮੇਰਿਆਂ ਦੇ। 12 ਲੀਟਰ ਦੁੱਧ ਹੈ ਅਤੇ ਇਹਦੇ ਮਗਰ ਵੱਛਾ, ਇਹਦਾ ਵੱਛਾ ਕਿਹੜਾ ਪਾ ਜਾਂਦਾ? ਉਹ ਗੋਰਾ ਕਿਆ ਜਿਹੜਾ ਥੱਲੇ ਬੈਠਾ? ਥੱਲੇ ਬੈਠਾ। ਇਹ ਮਗਰ ਇਹਦੇ ਵੱਛਾ ਜੀ, ਇਹ ਮਗਰ ਇਹਦੇ ਵੱਛਾ ਜੀ ਪਾਏ ਨੇ, ਲਾਲ ਗੋਰੀ ਗਾਂ ਦੇ ਜਿਹੜੀ ਸਿਰੋਂ ਕੋਨੀ ਹੈ ਉਹਦੇ ਮਗਰ ਇਹ ਵੱਛਾ ਹੈ ਅਤੇ ਇਹ ਡੱਬੀ ਜਿਹੜੀ ਗਾਂ ਹੈ ਉਹਦੀ ਵੱਛੀ ਆਪਣਾ। ਇਹ ਦੇਖ ਲਓ ਜੀ, ਤਸੱਲੀ ਕਰ ਲਓ ਮੇਰੇ ਦੋਸਤ ਵੀਰ ਭਰਾ, ਇਹ ਮਾਸ਼ਾਅੱਲਾ ਮਗਰ ਆਪਣਾ ਵੱਛੀ ਹੈ, ਇਹ ਆਪਣਾ ਡੱਬੀ ਗਾਂ ਦੇ ਮਗਰ ਇਹ ਵੱਛੀ ਹੈ ਜੀ ਔਰ ਤਾਜ਼ਾ ਸੂਈਆਂ ਨੇ ਔਰ ਇਹਦੀ ਵੀ ਪੁੱਛ ਕੇ ਤੁਹਾਨੂੰ ਕੰਡੀਸ਼ਨ ਦੱਸ ਦਿੰਦੀ ਪਾਇਨ। ਇਹ ਜਿਹੜੀ ਗਾਂ ਹੈ ਆਪਣੀ ਪਹਿਲਣ ਜੀ ਜੀ, ਇਹ ਵੈੜ, ਹਾਂਜੀ ਹਾਂਜੀ, ਇਹਦੇ ਥੱਲੇ ਇਸ ਟਾਈਮ ਕਿੰਨਾ ਦੁੱਧ ਹੈ ਪੱਕਾ? 8 ਕਿਲੋ ਦੁੱਧ, 4 ਕਿਲੋ ਇੱਕ ਟਾਈਮ? ਹਾਂਜੀ ਬਿਲਕੁਲ। ਅਤੇ ਕੋਈ ਛੱਟਾ ਫੁਆਰ ਕੋਈ ਛੱਟਾ ਫੁਆਰ? ਤੇਰੇ ਸਾਹਮਣੇ ਤਾਂ ਤੂੰ ਚਵਾਲ ਆ। ਠੀਕ ਹੋ ਗਿਆ ਜੀ, ਅਤੇ ਹਰ ਚੀਜ਼ ਮੇਰੇ ਦੋਸਤਾਂ ਵੀਰਾਂ ਸਾਹਮਣੇ ਮਾਸ਼ਾਅੱਲਾ ਦੇਖ ਲਈ, ਕਹਿੰਦੇ ਨੇ ਚਵਾਈ ਲੈ ਸਕਦੀ ਜਾਂਦੀ ਕੋਈ ਮੇਰੇ ਦੋਸਤਾਂ ਵੀਰਾਂ ਨੂੰ ਪਸੰਦ ਆ। ਇਹਦਾ ਪਿਆਰ ਮੁਹੱਬਤ ਵਾਲਾ ਕੀ ਰੇਟ? ਇਹ ਵੀ ਤੈਨੂੰ 65 ਦੀ ਦੇ ਦੇਵਾਂ। 1,65,000 ਦੀ? ਹਾਂ 1,65,000। ਪਾੜਾ ਹੀ ਪਾੜ ਲਈ ਚਾਚਾ, ਹੁਣ ਵੇਖੀ ਤਾਂ ਵੇਖ ਕੈਸੀ ਮਾਤਾ ਤੇਰੇ ਨਾਲ ਮੋਲ ਹੀ ਸਿੱਧੇ ਜੇ ਕਰਦਾ ਪਿਆ। ਅੱਛਾ ਅੱਛਾ, 1,65,000 ਹੁੰਦਾ, ਇਹਦੇ 'ਚ ਕੋਈ ਪਿਆਰ ਮੁਹੱਬਤ ਹੋ ਜਾਏਗੀ? ਜਿਵੇਂ ਹੁਣ ਤੇਰੀ ਮਰਜ਼ੀ, ਕੋਈ ਕਾਰ ਤੈਨੂੰ ਕੋਈ ਯਾਰ ਖੜ ਦਿਖਾਏਗਾ।
ਪਿਆਰ ਮੁਹੱਬਤ ਹੋ ਜਾਏਗੀ ਜੀ ਆਪਣਾ ਜੀ। ਇਹ ਮੁੱਲ ਹੀ ਆਉਂਦੇ ਨੇ ਪੂਰੇ ਸੂਰੇ ਕਰ ਰਹੇ ਸੀ, 1,65,000 ਰਹਿੰਦਾ ਪਹਿਲਾਂ ਵਹਿੜ ਹੈ, ਇਹ ਵੀ ਤੁਸੀਂ ਤਸੱਲੀ ਕਰ ਲੈਣੀ ਹੈ। ਇਹ ਦੂਜੇ ਨੰਬਰ 'ਤੇ ਆਪਣਾ ਵਹਿੜ ਹੈ, ਇਹਦੀ ਵੀ ਤਸੱਲੀ ਕਰ ਲੈਣੀ। ਹਰ ਚੀਜ਼ ਮੇਰੇ ਦੋਸਤਾਂ ਵੀਰਾਂ ਦੇ ਸਾਹਮਣੇ ਮਾਸ਼ਾਅੱਲਾ ਜੀ, ਔਰ ਤੁਸੀਂ ਤਸੱਲੀ ਕਰਨੀ ਹੈ ਔਰ ਹਰ ਚੀਜ਼ ਤੁਸੀਂ ਦੇਖ ਲਈ। ਇਹਦੇ ਮਗਰ ਡੱਬੀ ਮਗਰ ਵੱਛੀ ਹੈ ਅਤੇ ਉਹ ਲਾਲ ਜਿਹੜੀ ਗੋਰੀ ਸਾਹੀਵਾਲ ਉਹਦੇ ਮਗਰ ਆਪਣਾ ਵੱਛਾ ਹੈ ਜੀ। ਇਹ ਤਸੱਲੀ ਕਰ ਲੈਣਾ, ਦੁੱਧ ਦੀ ਗਰੰਟੀ ਇਨਸ਼ਾਅੱਲਾ ਹੋਏਗੀ ਹਰ ਚੀਜ਼ ਦੀ, ਜੋ ਗੱਲ ਕਰਨਗੇ ਇਨਸ਼ਾਅੱਲਾ 1 ਨੰਬਰ ਹੋਏਗੀ ਜੀ। ਇਸ ਵੀਡੀਓ ਨਾਲ ਦੇ ਮੇਜ਼ਬਾਨ ਮੁਹੰਮਦ ਰਮਜ਼ਾਨ ਜਿਆਦ, ਸਾਡਾ ਵਟਸਐਪ ਨੰਬਰ 0308497147 ਹੈ, ਸਾਡਾ ਰਾਬਤਾ ਨੰਬਰ ਵੀ ਹੈ, ਵਟਸਐਪ ਨੰਬਰ ਵੀ ਹੈ। ਅਗਰ ਮੇਰੇ ਦੋਸਤਾਂ ਵੀਰਾਂ ਨੂੰ ਪਸੰਦ ਆਉਂਦੀ ਹੈ ਲਾਈਕ ਅਤੇ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਿਆ, ਆਪਣੀ ਸੋਚ ਦਾ ਜ਼ਰੂਰ ਇਜ਼ਹਾਰ ਕਰਾਂ।